ਜਾਲੀ ਰਾਸ਼ਨ ਦੇ ਆਧਾਰ ਤੇ ਨਕਲੀ ਆਧਾਰ ਕਾਰਡ ਅਤੇ ਵੋਟਰ ਕਾਰਡ ਬਣਾ ਕੇ ਲੋਕਾਂ ਦੇ ਪਲਾਂਟ ਆਪਣੇ ਨਾਮ ਕਰਵਾ ਕੇ ਅੱਗੇ ਭੋਲੇ ਭਾਲੇ ਲੋਕਾਂ ਨੂੰ ਵੇਚ ਕੇ ਲੱਖਾਂ ਦੀ ਠੱਗੀ ਕਰਨ ਵਾਲੇ ਇੱਕ ਗੈਂਗ ਦਾ ਥਾਣਾ ਕੋਤਵਾਲੀ ਪੁਲਿਸ ਨੇ ਪਰਦਾਫਾਸ਼ ਕੀਤਾ। ਪੁਲਿਸ ਨੇ ਗਿਰੋਹ ਦੇ ਮਾਸਟਰ ਮਾਈਂਡ ਸਮੇਤ 5 ਲੋਕਾਂ ਨੂੰ ਅਰੈਸਟ ਕੀਤਾ। ਇਹਨਾਂ ਵਿੱਚ ਇੱਕ ਮਹਿਲਾ ਵੀ ਸ਼ਾਮਿਲ ਹੈ। ਪੁਲਿਸ ਦਾ ਕਹਿਣਾ ਹੈ ਕਿ ਆਰੋਪੀਆਂ ਤੋਂ ਪੁੱਛਤਾਛ ਕੀਤੀ ਜਾ ਰਹੀ ਹੈ। ਆਰੋਪੀਆਂ ਤੋਂ ਫਰਜ਼ੀ ਆਧਾਰ ਕਾਰਡ, ਵੋਟਰ ਕਾਰਡ ਅਤੇ ਰਾਸ਼ਨ ਕਾਰਡ ਤੋਂ ਇਲਾਵਾ ਹੋਰ ਦਸਤਾਵੇਜ਼ ਵੀ ਬਰਾਮਦ ਕੀਤੇ ਹਨ। ਕੋਤਵਾਲੀ ਥਾਣੇ ਦੇ SI ਰਵਿੰਦਰ ਸਿੰਘ ਨੇ ਕੇਸ ਰਜਿਸਟਰ ਕੀਤਾ 227 ਨੰਬਰ ਅੰਡਰ ਸੈਕਸ਼ਨ 420 467 ਅੜਕਤ। ਉਹਦੇ ਵਿੱਚ 4 ਬੰਦੇ ਅਤੇ 2 ਲੇਡੀਜ਼ ਅਰੈਸਟ ਕੀਤੀਆਂ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਦਾ ਮਾਸਟਰ ਮਾਈਂਡ ਸੰਤੋਖ ਸਤੀਸ਼ ਨਾਂ ਦਾ ਇੱਕ ਬੰਦਾ, ਜਿਹੜਾ ਜਾਲੀ ਦਾ ਆਧਾਰ ਕਾਰਡ ਬਣਾ ਕੇ ਜਾਂ ਮਰੇ ਹੋਏ ਬੰਦੇ ਸੀ ਜਾਂ ਬੰਦੇ ਆਸੇ ਪਾਸੇ ਰਹਿੰਦੇ ਨੇ ਉਹਨਾਂ ਦੇ ਆਧਾਰ ਕਾਰਡ ਬਣਵਾ ਕੇ ਰਜਿਸਟਰੀ ਕਰਵਾ ਦਿੰਦਾ ਸੀ ਕਿ ਅਤੇ ਪੈਸੇ ਆਪ ਲੈ ਲੈਂਦਾ ਸੀਗਾ। ਇਹ ਪਿਛਲੇ ਕਾਫੀ ਟਾਈਮ ਤੋਂ ਕਰ ਰਿਹਾ। ਇਹ ਬੈਂਕ ਕਲੋਨੀ ਜਿਹੜੀ ਹੈ ਨਵੀਂ ਬਸਤੀ ਦੇ ਵਿੱਚ, ਉਹਦੇ ਵਿੱਚ ਇਹ ਵੇਖ ਲੈਂਦੇ ਸੀ ਵੀ ਜਿਹੜਾ ਬੰਦਾ ਕੋਈ ਬਹੁਤੀ ਦੂਰ ਦਾ ਪੰਚਕੂਲੇ ਦਾ ਚੰਡੀਗੜ੍ਹ ਦਾ, ਜਾਂ ਇਹ ਕਲੋਨੀ 1982 ਦੇ ਵਿੱਚ ਬੈਂਕ ਵਾਲਿਆਂ ਨੇ ਅਲੋਟ ਕੀਤੀ ਸੀ, ਇਹ ਵੇਖ ਲੈਂਦੇ ਸੀ ਖਾਲੀ ਪਲਾਟ ਪਿਆ, ਬੰਦਾ ਕਿਹੜਾ ਹੈਗਾ ਉਹ ਬਾਹਰ ਅੰਦਰ ਰਹਿੰਦਾ, ਉਹਦੀ ਰਜਿਸਟਰੀ ਕਰਵਾ ਕੇ ਗਾਂਹ ਵੇਚ ਦਿੰਦੇ ਸੀ। ਬਠਿੰਡਾ ਤੋਂ ਨਰੇਸ਼ ਸ਼ਰਮਾ ਦੀ ਰਿਪੋਰਟ, ਚੈਨਲ 2।